ਮੱਛਲੀ ਜਲ ਦੀ ਰਾਣੀ ਹੈ, ਜੀਵਨ ਉਸਦਾ ਪਾਣੀ ਹੈ। ਹੱਥ ਲਗਾਓ ਡਰ ਜਾਏਗੀ, ਬਾਹਰ ਕੱਢੋ ਤੇ ਮਰ ਜਾਏਗੀ। ਬਚਪਨ ਦੀ ਇਹ ਕਵਿਤਾ ਤਾਂ ਸਭ ਨੂੰ ਯਾਦ ਹੋਵੇਗੀ, ਪਰ ਹੁਣ ਮੱਛੀਆਂ ਨੂੰ ਮਾਰਨ ਲਈ ਪਾਣੀ ਚੋਂ ਬਾਹਰ ਕੱਢਣ ਦੀ ਲੋੜ ਨਹੀਂ। ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹਾਂ। ਕਾਰਨ ਹੈ, ਬੀਤੇ ਦਿਨੀ ਬਿਆਸ ਦਰਿਆ 'ਚ ਲੱਖਾਂ ਦੀ ਗਿਣਤੀ 'ਚ ਮੱਛੀਆਂ ਮਰੀਆਂ ਪਾਈਆਂ ਗਈਆਂ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਇਲਾਕੇ ਦੇ ਲੋਕਾਂ ਨੇ ਵੇਖਿਆ ਕਿ ਦਰਿਆ ਦਾ ਪਾਣੀ ਲਾਲ ਰੰਗ ਦਾ ਹੋ ਗਿਆ। ਜਲਦ ਹੀ ਇਹ ਖਬਰ ਜੰਗਲ ਦੀ ਅੱਗ ਵਾਂਗ ਸਾਰੇ ਕਿਧਰੇ ਫੈਲ ਗਈ। ਜਾਣਕਾਰੀ ਮੁਤਾਬਿਕ ਚੱਡਾ ਸ਼ੂਗਰ ਮਿਲ 'ਚ ਬੋਇਲਰ ਫਟ ਜਾਣ ਕਾਰਨ ਇਹ ਹਾਦਸਾ ਹੋਇਆ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਸ੍ਰੀ ਹਰਗੋਬਿੰਦ ਮਿਲ ਤੋਂ ਸੀਰਾ ਰਿਸਣ ਕਾਰਨ ਪਾਣੀ ਵਿੱਚ ਸੀਰਾ ਮਿਲ ਗਿਆ, ਜਿਸ ਕਾਰਨ ਪਾਣੀ ਵਿੱਚ ਆਕਸੀਜਨ ਦੀ ਕਮੀ ਹੋ ਗਈ, ਜੋ ਮੱਛੀਆਂ ਦੀ ਮੌਤ ਦਾ ਕਾਰਨ ਬਣੀ। ਇਸ ਤੋਂ ਇਲਾਵਾ ਪਾਣੀ ਵਿੱਚ ਕੋਈ ਜ਼ਹਿਰ ਮਿਲਣ ਦੀ ਜਾਣਕਾਰੀ ਮੁੱਢਲੀ ਜਾਂਚ ਵਿੱਚ ਸਾਹਮਣੇ ਨਹੀਂ ਆਈ ਹੈ। ਇਸ ਸੰਬੰਧੀ ਜਦੋਂ ਮਿਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਤੁਸੀਂ ਖੁਦ ਹੀ ਸੁਣੋ ਉਹਨਾਂ ਨੇ ਕੀ ਦਲੀਲ ਦਿੱਤੀ। ਭਾਰਤ ਅਤੇ ਪੰਜਾਬ 'ਚ ਰਿਕਾਰਡ ਪ੍ਰੋਡਕਸ਼ਨ ਹੋਈ ਹੈ, ਇਹਦੇ ਕਾਰਨ ਗੰਨਾ ਮਿਲ ਕਿਸਾਨਾਂ ਦੇ ਪ੍ਰੈਸ਼ਰ ਦੇ ਅੰਡਰ ਅਤੇ ਐਡਮਿਨਿਸਟ੍ਰੇਸ਼ਨ ਦੇ ਕਹਿਣ ਦੇ ਉੱਤੇ ਸਾਨੂੰ ਜ਼ਿਆਦਾ ਦੇਰ ਚਲਾਉਣੀ ਪਈ ਹੈ। ਜੇ ਪਿਛਲੇ ਸਾਲ ਅਸੀਂ 85 ਲੱਖ ਗੰਨਾ ਪੀੜਿਆ ਸੀ, ਸੋ ਉਹ ਇਸ ਸਾਲ ਅਸੀਂ ਤਕਰੀਬਨ 1.12 ਕਰੋੜ ਗੰਨਾ ਪੀੜਿਆ। ਇਹ 27 ਲੱਖ ਗੰਨਾ ਜੋ ਐਡੀਸ਼ਨਲ ਪੀੜਿਆ, ਉਹਦੇ ਕੋਰਸਪੋਂਡਿੰਗ ਮੋਲੈਸਿਸ ਜ਼ਿਆਦਾ ਪ੍ਰੋਡਿਊਸ ਹੋਇਆ। ਉਹ ਮੋਲੈਸਿਸ ਸਟੋਰ ਕਰਨ ਦੀ ਸਾਡੇ ਕੋਲ ਸਪੇਸ ਸਟੋਰੇਜ ਟੈਂਕ 'ਚ ਨਹੀਂ ਸੀ, ਇਸ ਕਰਕੇ ਇਹ ਸਟੋਰੇਜ ਲੈਗੂਨ ਅਸੀਂ ਬਣਾਏ ਅਤੇ ਇਹਦੇ 'ਚ ਸਟੋਰ ਕੀਤਾ ਹੈ। ਇਹਦੇ 'ਚ ਆਟੋ ਇਗਨੀਸ਼ਨ ਰਿਐਕਸ਼ਨ ਹੋ ਰਹੀ ਹੈ, ਜੋ ਕਿ ਇੱਕ ਐਕਸੋਥਰਮਿਕ ਰਿਐਕਸ਼ਨ ਹੈ, ਇਹਦੇ 'ਚ ਹੀਟ ਪ੍ਰੋਡਿਊਸ ਹੁੰਦੀ ਹੈ। ਉਹ ਹੀਟ ਦੇ ਨਾਲ ਕਾਫੀ ਜ਼ਿਆਦਾ ਫੋਮ ਔਰ ਗੈਸਿਸ ਨਿਕਲਦੀਆਂ, ਉਹਦੇ ਕਾਰਨ ਜੋ ਸ਼ੀਰਾ ਉਹ ਐਕਸਪੈਂਡ ਕਰ ਜਾਂਦਾ, ਐਕਸਪੈਂਡ ਕਰਕੇ ਉਹ ਸਾਡੇ ਆਪਣੇ ਕੰਪਲੈਕਸ ਦੇ ਵਿੱਚ ਕਾਫੀ ਏਰੀਆ 'ਚ ਫੈਲ ਗਿਆ। ਉਹਦੀ ਅਸੀਂ ਪ੍ਰੋਟੈਕਸ਼ਨ ਦੇ ਲਈ ਚਾਰੋਂ ਤਰਫ ਐਮਬੈਂਕਮੈਂਟ ਬਣਾਈ, ਮਸ਼ੀਨਰੀ ਲਗਾ ਕੇ, ਮੈਨੂਅਲੀ ਔਰ ਮਸ਼ੀਨਰੀ ਲਗਾ ਕੇ ਐਮਬੈਂਕਮੈਂਟ ਬਣਾਈ ਤਾਂ ਕਿ ਬਾਹਰ ਨਾ ਜਾਏ। ਕੁਛ ਸ਼ੀਰਾ ਇਹ ਰਿਸ ਕੇ ਜ਼ਮੀਨ ਦੇ ਵਿੱਚੋਂ ਸੀਪੇਜ ਹੋ ਕੇ ਉਹ ਨਾਲ ਨਦੀ ਜਿਹੜੀ ਪੈ ਰਹੀ ਹੈ ਉਹਦੇ 'ਚ ਗਿਆ, ਉਹਦੇ ਕਾਰਨ ਥੋੜ੍ਹਾ ਬਹੁਤ ਨਦੀ 'ਚ ਨੁਕਸਾਨ ਹੋਇਆ। ਉਧਰ ਸੂਚਨਾ ਮਿਲਦੇ ਸਾਰ ਹੀ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਦੱਸਿਆ ਕਿ ਅਗਲੇ ਹੁਕਮਾਂ ਤੱਕ ਖੰਡ ਮਿਲ ਬੰਦ ਕਰ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ ਕਿ ਪਾਣੀ ਵਿੱਚ ਸੀਰਾ ਆਇਆ ਕਿਵੇਂ। ਉਹਨਾਂ ਕਿਹਾ ਕਿ ਪ੍ਰਦੂਸ਼ਣ ਅਤੇ ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ 3 ਦਿਨਾਂ ਵਿੱਚ ਜਾਂਚ ਮੁਕੰਮਲ ਕਰਨ ਅਤੇ ਜਾਂਚ ਪੂਰੀ ਹੋਣ ਤੱਕ ਮਿਲ ਬੰਦ ਰਹੇਗੀ। ਇਸ ਤੋਂ ਇਲਾਵਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਰੀਆਂ ਹੋਈਆਂ ਮੱਛੀਆਂ ਨਾ ਖਾਣ। ਦੂਜੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਨੇ ਕਿਹਾ ਕਿ ਸੀਰਾ ਜ਼ਿਆਦਾ ਖਤਰਨਾਕ ਨਹੀਂ ਹੈ, ਪਰ ਮੱਛੀਆਂ ਨੂੰ ਪਾਣੀ 'ਚ ਆਕਸੀਜਨ ਨਾ ਮਿਲਣ ਕਾਰਨ ਇਹ ਘਟਨਾ ਵਾਪਰੀ ਹੈ ਤੇ ਪੰਜਾਬ ਪ੍ਰਦੂਸ਼ਣ ਬੋਰਡ ਤੇ ਵਾਤਾਵਰਣ ਵਿਭਾਗ ਵੱਲੋਂ ਮਿਲ ਪ੍ਰਬੰਧਕਾਂ ਖਿਲਾਫ਼ ਮਾਮਲਾ ਦਰਜ ਕਰਦਿਆਂ ਹੋਏ ਕਾਰਵਾਈ ਕਰਦਿਆਂ ਹੋਇਆ ਖੰਡ ਮਿਲ ਨੂੰ ਸੀਲ ਕਰ ਦਿੱਤਾ ਗਿਆ। ਕਿਉਂਕਿ ਇਹ ਕੋਈ ਇਹਦੇ ਵਿੱਚ ਕੈਮੀਕਲ ਨਹੀਂ, ਕੋਈ ਇਹ ਜ਼ਹਿਰੀਲਾ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ। ਇਹਦੇ ਤੋਂ ਤੇ ਅਲਕੋਹਲ ਤਿਆਰ ਹੋ ਕੇ ਅੱਗੇ ਇਹਦੇ ਤੋਂ ਤੇ ਸ਼ਰਾਬ ਤਿਆਰ ਹੁੰਦੀ ਹੈ ਜੀ, ਸਾਰੇ ਪੰਜਾਬ 'ਚ ਵੀ ਜਾਣੀ ਹੈ ਇਹਨਾਂ ਕੋਲ ਇਸ ਚੀਜ਼ ਤੋਂ। ਇਸ ਵੇਲੇ ਕੀ ਪੋਜੀਸ਼ਨ ਹੈ ਇੱਥੇ? ਇਸ ਵੇਲੇ ਪੂਰੀ ਕੰਟਰੋਲਡ ਹੈ ਜੀ, ਕੋਈ ਸਪਿਲੇਜ ਨਹੀਂ, ਸਾਰੀ ਅਸੀਂ ਬੰਦ ਕਰ ਦਿੱਤੀ ਹੈ। ਇਸ ਵੇਲੇ ਜੇ ਅਸੀਂ ਇਹ ਕੰਮ ਕਰ ਰਹੇ ਹਾਂ ਵੀ ਹੋਰ ਕੋਈ ਇਹੋ ਜਿਹੀ ਸਪਿਲੇਜ ਨਾ ਰਹਿ ਜੇ, ਇਹਦੇ ਨਾਲ ਫਿਰ ਦੁਬਾਰਾ ਇਹਦੇ ਵਿੱਚ ਐਂਟਰ ਹੋ ਕੇ ਫਿਰ ਅੱਗੇ ਦੁਬਾਰਾ ਕੋਈ ਜਿਹੜਾ ਫਲੋਰਾ ਐਂਡ ਫੋਨਾ ਕੋਈ ਮੱਛੀ ਵਗੈਰਾ ਉਹ ਨਾ ਮਰਨਾ। ਪੋਲੂਸ਼ਨ ਕੰਟਰੋਲ ਬੋਰਡ ਕਾਰਵਾਈ ਕਰੇਗਾ ਜੀ। ਹੁਣ ਪਹਿਲਾਂ ਅਸੀਂ ਸਾਡਾ ਪ੍ਰਾਇਮਰੀ ਸੀਗਾ ਵੀ ਅਸੀਂ ਇਹ ਤੋਂ ਪਹਿਲੇ ਜਿਹੜੀ ਹੈ ਬਿਆਸ ਦਰਿਆ ਵਿੱਚ ਜਾਣਾ ਰੋਕੀਏ, ਉਹ ਅਸੀਂ ਹੁਣ ਰੋਕ ਦਿੱਤੀ ਹੈ। ਹੁਣ ਇਸ ਤੋਂ ਬਾਅਦ ਅਸੀਂ ਕਾਰਵਾਈ ਜਿਹੜੀ ਉਹ ਅੱਗੇ ਕਰਾਂਗੇ। ਹਾਂ, ਜੰਗਲਾਤ ਮਹਿਕਮੇ ਤੋਂ ਇਹ ਪਤਾ ਲੱਗਾ ਵੀ ਉਹਨਾਂ ਨੇ ਉਹਨਾਂ 'ਤੇ ਜਿਹੜੀ ਐਫ ਆਈ ਆਰ ਲੌਂਚ ਕੀਤੀ ਹੈ, ਕਿਉਂਕਿ
ਵਾਈਲਡ ਲਾਈਫ ਜਿਹੜੇ DF ਵਾਈਲਡ ਲਾਈਫ ਨੇ ਉਹਨਾਂ ਨੇ ਜਿਹੜੀ ਐਫ ਆਈ ਆਰ ਲੌਂਚ ਕੀਤੀ ਹੈ ਕਿਉਂਕਿ ਉੱਥੇ ਮੱਛੀਆਂ ਮਾਰਨ ਕਰਕੇ। ਹਾਂ ਉਹ ਬਾਕੀ ਸਾਰਾ ਕੁਛ ਇਹਨਾਂ ਦਾ ਠੀਕ ਹੈ। ਹਾਂ ਇਹ ਤਾਂ ਸਿਰਫ ਸਟੋਰੇਜ ਟੈਂਕ ਦੇ ਵਿੱਚ ਇਹਨਾਂ ਦੇ ਇਹ ਮੋਲੈਸਿਸ ਸਟੋਰੇਜ ਟੈਂਕ ਦੇ ਵਿੱਚ ਹੀ ਹੋਇਆ। देखिए पहली तो ये बात है कि ये केमिकल नहीं है जो अभी तक रिपोर्ट्स प्राप्त हुई हैं और मैं अपने सरकार के हाईएस्ट जो ऑफिसर्स हैं इन चीज़ों को डील करते हैं जो पंजाब पोल्यूशन कंट्रोल बोर्ड के चेयरमैन हैं मिस्टर पन्नू उनसे भी बात हुई है और वाइल्ड लाइफ डिपार्टमेंट वाले भी यहाँ पर भी मौजूद हैं। ये एक शुगर मिल में ब्लास्ट होने के कारण वो जो मोलेसिस स्टोर किए जाते हैं सीरा जिसको बोलते हैं सबाई प्रोडक्ट तो वो मोलेसिस पानी में मिक्स हो गए हैं क्योंकि दरिया के किनारे पर थी वो जो मिल है तो मोलेसिस के आने से ये पानी का रंग बदला है ब्राउनिश रेडिश ब्राउन हुआ है तो उसके कारण जो साइंटिस्ट बता रहे हैं कि जो BOD जो बायोलॉजिकल ऑक्सीजन डिमांड होती है वो BOD इंक्रीज़ होने के कारण जो अवेलेबिलिटी ऑक्सीजन की फिश के लिए है मछलियों के लिए है वो कम हो जाती है उतने टाइम बीइंग के लिए जितनी देर ये पानी क्लियर नहीं होता तो उस कारण कुछ जो मछलियां उनकी मौत हुई। ਫਿਲਹਾਲ ਇਹ ਸਾਰੀ ਘਟਨਾ ਨਾਲ ਦਰਿਆ ਦਾ 10 ਕਿਲੋਮੀਟਰ ਤੱਕ ਦਾ ਖੇਤਰ ਪ੍ਰਭਾਵਿਤ ਹੋਇਆ ਜਿਸ ਕਰਕੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਆਸ ਦਰਿਆ ਦੀਆਂ ਮੱਛੀਆਂ ਦਾ ਸੇਵਨ ਨਾ ਕਰਨ ਪਰ ਪ੍ਰਕਿਰਤੀ ਨਾਲ ਇਸ ਤਰ੍ਹਾਂ ਦਾ ਖਿਲਵਾੜ ਸਾਨੂੰ ਇਨਸਾਨਾਂ ਨੂੰ ਆਉਣ ਵਾਲੇ ਸਮੇਂ 'ਚ ਕਾਫੀ ਮਹਿੰਗਾ ਪਵੇਗਾ। ਗੁਰਦਾਸਪੁਰ ਤੋਂ ਅਵਤਾਰ ਸਿੰਘ ਤੇ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ।